तस्वीरां च नजर आ रहा है चोर ज्वैलर्स की दुकान विचों 15 तोले सोना 20 किलो चांदी के गहने अते 1 लाख रुपए की नकदी चोरी करके फरार हो गया है। चोर ने इस वारदात नूं रात 1 बजे अंजाम दिता। मुलजम दुकान का शटर तोड़ के दुकान विच दाखिल होया सी। घटना तो बाद चोर सीसीटीवी कैमरे दियां तारां भी वड गया। ਜਦੋਂ ਅਸੀਂ ਦੁਕਾਨ ਦੇ ਬਾਹਰ ਆਏ ਹਾਂ ਤਾਂ ਉੱਥੇ ਸਾਡੇ ਸ਼ਟਰ ਦੇ ਵਿਚਕਾਰ ਇੱਕ ਵੱਡੀ ਸ਼ੀਟ ਜੀ ਪਈ ਸੀਗੀ, ਅਸੀਂ ਜੋ ਚੱਕ ਕੇ ਦੇਖੀ ਹੈ ਅਤੇ ਕਟਿੰਗ ਕੀਤੀ ਹੋਈ ਸੀਗੀ, ਸ਼ਟਰ ਦਾ ਸਰਾਹ ਕੀਤਾ ਸੀਗਾ, ਸ਼ਟਰ ਪਾੜਿਆ ਸੀ ਕਟਰ ਨਾਲ, ਉਸਦੇ ਅੰਦਰ ਸ਼ੀਸ਼ਾ ਤੋੜਿਆ ਹੋਇਆ ਸੀਗਾ, ਟਫਨ ਸ਼ੀਸ਼ੇ ਦਾ ਲੋਕ ਕੀਤਾ ਸੀਗਾ, ਉਹਦੇ ਅੰਦਰ ਇੱਕ ਫਿਰ ਸ਼ਟਰ ਸੀਗਾ, ਉਹਦਾ ਵੀ ਪਾੜ ਪਿਆ ਸੀ ਸ਼ਟਰ ਦਾ। ਅਤੇ ਅਸੀਂ ਕੈਮਰਿਆਂ 'ਚ ਹੁਣ ਦੇਖਿਆ ਵਾ 1 ਵਜੇ ਤੋਂ ਲੈ ਕੇ 5 ਵਜੇ ਤੱਕ ਉਹ ਅੰਦਰ ਹੀ ਰਿਹਾ ਚੋਰ, ਤੇ ਮੂੰਹ ਉਹਦਾ ਮਾਸਕ ਬੰਨਿਆ ਸੀਗਾ, ਟੋਪੀ ਪਾਈ ਸੀ, ਛਾਲ ਦੀ ਬੁੱਕਲ ਮਾਰੀ ਸੀ ਉਹਨੇ। ਚੋਰੀ ਦੀ ਇਸ ਵਾਰਦਾਤ ਦਾ ਪਤਾ ਉਦੋਂ ਲੱਗਿਆ ਜਦੋਂ ਦੁਕਾਨਦਾਰ ਸਵੇਰੇ ਦੁਕਾਨ ਖੋਲਣ ਆਇਆ। ਉਸਨੇ ਦੇਖਿਆ ਕਿ ਦੁਕਾਨ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਨੇ ਤੇ ਸ਼ਟਰ ਵੀ ਟੁੱਟਾ ਹੋਇਆ ਹੈ। ਹਜੇ ਅਸੀਂ ਸਾਰਾ ਹੁਣ ਦੇਖਦੇ ਹਾਂ ਕੈਮਰਿਆਂ ਤੋਂ ਕੀ ਕੀ ਹੋਇਆ ਵਾ, ਕਿੱਦਾਂ ਲਗਭਗ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਸਾਨੂੰ ਪ੍ਰੋਪਰ। ਸਵੇਰ ਤੋਂ ਲੱਗੇ ਸੁਬਹਾ ਤੋਂ ਲੱਗੇ ਸ਼ਾਮ ਤੱਕ 50 ਗਾਹਕ ਆਉਂਦੇ ਦੁਕਾਨ 'ਤੇ, ਕਿਹਦੇ ਬਾਰੇ ਕੀ ਕਹਿ ਸਕਦੇ ਹਾਂ, ਇੱਦਾਂ ਕੁਛ ਸਾਨੂੰ ਕਿਸੇ 'ਤੇ ਸ਼ੱਕ। ਅਸੀਂ ਫੋਨ ਕੀਤਾ ਸੀਗਾ ਉੱਥੇ 7 ਨੰਬਰ ਥਾਣੇ ਦੇ ਵਿੱਚ, ਉਹਨਾਂ ਦੇ ASI ਸਾਹਿਬ ਆਏ ਸੀਗੇ ਅਤੇ ਉਹਨਾਂ ਨੇ ਸਾਡੇ ਬਿਆਨ ਲੈ ਕੇ ਅਤੇ ਤਫਤੀਸ਼ ਕਰ ਰਹੇ ਨੇ ਬਾਕੀ। ਫਿਲਹਾਲ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਚੋਰਾਂ ਤੱਕ ਪਹੁੰਚਣ ਲਈ ਇਲਾਕੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ। ਲੁਧਿਆਣਾ ਤੋਂ ਰਾਜਵਿੰਦਰ ਸਿੰਘ ਦੀ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।